ਸਤਿ ਸ਼੍ਰੀ ਅਕਾਲ ਜੀ ਹੈਲਥ ਪਲੱਸ ਦੇ ਇੱਕ ਹੋਰ ਐਪੀਸੋਡ ਵਿੱਚ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਔਰ ਅੱਜ ਦੇ ਇਸ ਐਪੀਸੋਡ ਅਸੀਂ ਗੱਲ ਕਰਾਂਗੇ ਏਵੀਅਨ ਯਾਨੀ ਕਿ ਏ ਵੈਸਕੂਲਰ ਨੈਕਰੋਸਿਸ ਦੀ ਔਰ ਇਸ ਦੇ ਬਾਰੇ ਗੱਲ ਕਰਨ ਲਈ ਸਾਡੇ ਨਾਲ ਮੌਜੂਦ ਨੇ ਅੱਜ ਡਾਕਟਰ ਪੰਧੇਰ ਅਤੇ ਡਾਕਟਰ ਚਾਨੀ ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ ਤੁਹਾਡਾ ਸੋ ਗੱਲਬਾਤ ਦਾ ਸਿਲਸਿਲਾ ਵਧਾਉਂਦੇ ਹੋਏ ਸਭ ਤੋਂ ਪਹਿਲਾਂ ਡਾਕਟਰ ਚਾਨੀ ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿ ਹਾਲ ਹੀ ਵਿੱਚ ਪੋਸਟ ਕੋਵਿਡ ਕੰਪਲੀਕੇਸ਼ਨਸ ਦੇ ਵਿੱਚ ਏਵੀਅਨ ਦੇ ਬਾਰੇ ਖਾਸਾ ਸੁਣਿਆ ਗਿਆ ਸੋ ਤੁਹਾਡਾ ਇਸ ਏਰੀਏ ਦੇ ਵਿੱਚ ਕਿਹੋ ਜਿਹਾ ਹੁਣ ਤੱਕ ਤਜਰਬਾ ਰਿਹਾ ਔਰ ਕਿਆ ਹਾਲ ਹੀ ਵਿੱਚ ਅਜਿਹੇ ਪੇਸ਼ੈਂਟਸ ਦੇ ਵਿੱਚ ਵਾਧਾ ਹੋਇਆ ਜਿਹੜੇ ਕਿ ਹਿਪ ਪੇਨ ਦੀ ਸ਼ਿਕਾਇਤ ਲਈ ਲੈ ਕੇ ਆਏ ਹੋ ਤੁਹਾਡੇ ਤੋਂ ਸਲਾਹ ਲੈਣ ਲਈ ਏਵੀਅਨ ਇੱਕ ਚੂਲਿਆਂ ਦੀ ਬਿਮਾਰੀ ਹੈ ਜੋ ਪਰਟੀਕੁਲਰਲੀ ਯੰਗ ਲੋਕਾਂ ਦੇ ਵਿੱਚ ਹੋ ਜਾਂਦਾ ਹੈ ਉਹਦੇ 'ਚ ਹੌਲੀ ਹੌਲੀ ਜਿਹੜਾ ਖੂਨ ਦਾ ਦੌਰਾ ਹੈ ਚੂਲਿਆਂ ਦਾ ਉਹ ਘੱਟਦਾ ਜਾਂਦਾ ਹੈ ਔਰ ਜਿਸ ਤਰ੍ਹਾਂ ਹੀ ਉਹ ਘੱਟਦਾ ਜਾਂਦਾ ਹੈ ਪ੍ਰੋਬਲਮਸ ਵੱਧਦੀਆਂ ਜਾਂਦੀਆਂ ਜੀ ਉਹਦਾ ਕਾਰਨ ਕੁਛ ਵੀ ਹੋ ਸਕਦਾ ਹੈ ਤਕਰੀਬਨ 10 ਕਾਰਨ ਹੈਗੇ ਨੇ ਪਰ ਆਮ ਲੋਕਾਂ ਵਾਸਤੇ 2 ਜਾਂ 3 ਕਾਰਨ ਹੀ ਸਭ ਤੋਂ ਜ਼ਿਆਦਾ ਕਾਮਨ ਨੇ ਇੱਕ ਐਲਕੋਹਲ ਹੈ ਇੱਕ ਸਟੀਰੋਇਡ ਹੈ ਸਟੀਰੋਇਡ ਇਨਟੇਕ ਅਤੇ ਇੱਕ ਸਮੋਕਿੰਗ ਔਰ ਆਹਿਸਤਾ ਆਹਿਸਤਾ ਜਿਸ ਤਰ੍ਹਾਂ ਖੂਨ ਦਾ ਸਰਕੂਲੇਸ਼ਨ ਘੱਟਦਾ ਜਾਂਦਾ ਅੰਦਰ ਅਤੇ ਜਿਹੜੀ ਹੱਡੀ ਹੈ ਉਹ ਹੌਲੀ ਹੌਲੀ ਕੋਲੈਪਸ ਕਰਨਾ ਸ਼ੁਰੂ ਕਰ ਜਾਂਦੀ ਹੈ ਜਦੋਂ ਕੋਲੈਪਸ ਕਰ ਜਾਂਦੀ ਹੈ ਫਿਰ ਕਿਸੇ ਵੀ ਬੇਰਿੰਗ ਵਾਂਗੂ ਜਿਸ ਤਰ੍ਹਾਂ ਕਿਸੇ ਬੇਰਿੰਗ ਦਾ ਗੋਲਾ ਠੀਕ ਨਹੀਂ ਚੱਲਦਾ ਗੋਲੀਆਂ ਵਿੱਚ ਛੋਟੀਆਂ ਛੋਟੀਆਂ ਅਤੇ ਉਹ ਕੋਲੈਪਸ ਕਰ ਜਾਂਦਾ ਜੋੜ ਸਾਰਾ ਖਰਾਬ ਹੋ ਜਾਂਦਾ ਡਾਕਟਰ ਪੰਧੇਰ ਤੁਹਾਡੇ ਤੋਂ ਜਾਣਨਾ ਚਾਹਾਂਗੇ ਇਹ ਵੈਸਕੂਲਰ ਨੈਕਰੋਸਿਸ ਜਾਂ ਫਿਰ ਬੋਨ ਡੈਥ ਇਹ ਹੈ ਕੀ ਔਰ ਕਿਹੜੇ ਕਿਹੜੇ ਜੁਆਇੰਟਸ ਨੂੰ ਇਹ ਸਭ ਤੋਂ ਜ਼ਿਆਦਾ ਅਫੈਕਟ ਕਰਦਾ ਜਿਹੜੀ ਇਹ ਵੈਸਕੂਲਰ ਨੈਕਰੋਸਿਸ ਹੈ ਇਹ ਐਕਚੁਅਲੀ ਜਿਹੜੀ ਹੈ ਨਾ ਕੁਛ ਸਪੈਸੀਫਿਕ ਹੱਡੀਆਂ ਦੀ ਪ੍ਰੋਬਲਮ ਹੈਗੀ ਆ ਜਿਹਦੇ ਵਿੱਚ ਹਿਪ ਸਭ ਤੋਂ ਕਾਮਨ ਜੁਆਇੰਟ ਹੈ ਕਿਉਂ ਕਿਉਂਕਿ ਇੱਕ ਵੇਟ ਬੇਰਿੰਗ ਜੁਆਇੰਟ ਹੈ ਅਸੀਂ ਕਹਿੰਦੇ ਹਾਂ ਵੀ ਜਦੋਂ ਕੋਈ ਵੀ ਜੋੜ ਘੱਸਦਾ ਜੇ ਕਿਸੇ ਦਾ ਮੋਟਾ ਘਸੇਗਾ ਨਾ ਉਹਨੂੰ ਇੰਨੀ ਤਕਲੀਫ ਨਹੀਂ ਦੇਵੇਗਾ ਜੇ 10 ਪੇਸ਼ੈਂਟਸ ਦਾ ਮੋਟਾ ਘਸਿਆ ਹੋਇਆ ਕੋਈ 2 ਹੀ ਹੋਣਗੇ ਜਿਹੜੇ ਹੋਸਪਿਟਲ ਦੇ ਵਿੱਚ ਹੈਲਪ ਲੈਣ ਆਉਣਗੇ ਕਿ ਜੀ ਮੈਨੂੰ ਤਕਲੀਫ ਹੈਗੀ ਬਾਕੀਆਂ ਦਾ ਕੰਮ ਚੱਲੀ ਜਾਏਗਾ ਰੀਜ਼ਨ ਬੀਇੰਗ ਕਿ ਉਹਦੇ 'ਤੇ ਪ੍ਰੈਸ਼ਰ ਨਹੀਂ ਪੈਂਦਾ ਜਿਹੜੇ ਵੇਟ ਬੇਰਿੰਗ ਜੁਆਇੰਟਸ ਹੁੰਦੇ ਆ ਇਹਨਾਂ 'ਤੇ ਦਬਾਅ ਪੈਂਦਾ ਇਸ ਕਰਕੇ ਜਦੋਂ ਇਹਨਾਂ ਦੀ ਇਹ ਵੈਸਕੂਲਰ ਨੈਕਰੋਸਿਸ ਹੁੰਦੀ ਆ ਉਹ ਜ਼ਿਆਦਾ ਸਿਮਟੋਮੈਟਿਕ ਹੁੰਦੀ ਹੈ ਬਟ ਅਦਰਵਾਈਜ਼ ਵੀ ਜੇ ਅਸੀਂ ਦੇਖੀਏ ਤਾਂ ਓਵਰਆਲ ਇਹ ਵੈਸਕੂਲਰ ਨੈਕਰੋਸਿਸ ਜਿਹੜੀ ਹੈ ਹਿਪ ਜੁਆਇੰਟ ਦੀ ਕਾਫੀ ਸਿਗਨੀਫੀਕੈਂਟ ਡਿਜ਼ੀਜ਼ ਹੈ ਇਨ ਕੰਪੈਰੀਜ਼ਨ ਟੂ ਅਦਰ ਜੁਆਇੰਟਸ ਦੂਜੀ ਜਿਵੇਂ ਇੱਥੇ ਨਾ ਗੁੱਟ ਦੇ ਵਿੱਚ ਇੱਕ ਲਿਊਨੇਟ ਬੋਨ ਹੁੰਦੀ ਹੈ ਉਹਦੀ ਕਈ ਵਾਰੀ ਇਹ ਵੈਸਕੂਲਰ ਨੈਕਰੋਸਿਸ ਹੋ ਜਾਂਦੀ ਹੈ ਉਹਨੂੰ ਕਾਇਨਬੋਕ ਡਿਜ਼ੀਜ਼ ਕਹਿੰਦੇ ਆ ਇਸੇ ਤਰ੍ਹਾਂ ਜੇ ਤੁਸੀਂ ਪੁੱਛੋਗੇ ਮੈਂ ਆਪਣੀ ਲਾਈਫ ਦੇ ਵਿੱਚ ਮੋਢੇ ਦਾ ਜਿਹੜਾ ਗੋਲਾ ਹੈਗਾ ਇਹਦੀ ਵੀ ਇਹ ਵੈਸਕੂਲਰ ਨੈਕਰੋਸਿਸ ਦੇ ਪੇਸ਼ੈਂਟ ਦੇਖੇ ਨੇ ਕਿ ਗੋਲਾ ਜਿਹੜਾ ਉਹ ਇੱਕਦਮ ਕੋਲੈਪਸ ਹੋ ਕੇ ਗੱਲਾਂ ਸ਼ੁਰੂ ਹੋ ਗਿਆ ਸੋ ਇਹ ਵੈਸਕੂਲਰ ਨੈਕਰੋਸਿਸ ਹੈਗੀ ਆ ਇਹ ਵੈਸਕੂਲਰ ਦਾ ਮਤਲਬ ਹੋਇਆ ਵੀ ਖੂਨ ਦੀ ਸਪਲਾਈ ਘੱਟ ਜਾਣਾ ਨੈਕਰੋਸਿਸ ਦਾ ਮਤਲਬ ਹੋਇਆ ਕਿ ਹੱਡੀ ਗਲ ਜਾਣਾ ਸੋ ਖੂਨ ਦੀ ਸਪਲਾਈ ਘਟਣ ਨਾਲ ਜਿਹੜੀ ਹੱਡੀ ਗਲ ਜਾਂਦੀ ਆ ਉਹਨੂੰ ਇਹ ਵੈਸਕੂਲਰ ਨੈਕਰੋਸਿਸ ਕਹਿੰਦੇ ਨੇ ਹਿਪ ਕੰਪਲੈਕਸ ਹੈ ਲਿਊਨੇਟ ਦੇ ਵਿੱਚ ਹੁੰਦੀ ਹੈ ਮੋਢੇ ਦੇ ਵਿੱਚ ਵੀ ਕੇਸ ਦੇਖੇ ਨੇ ਸੋ ਕੋਈ ਵੀ ਹੱਡੀ ਕਿਸੇ ਵੀ ਜਗ੍ਹਾ 'ਤੇ ਜੇ ਉਹਦੀ ਖੂਨ ਦੀ ਸਪਲਾਈ ਖਤਮ ਹੋ ਕੇ ਖਰਾਬ ਹੋ ਜਾਏਗੀ ਅਤੇ ਉਹਨੂੰ ਅਸੀਂ ਇਹ ਵੈਸਕੂਲਰ ਨੈਕਰੋਸਿਸ ਕਹਿ ਸਕਦੇ ਹਾਂ ਬਟ ਕੰਪਲੈਕਸ ਜਿਹੜੀ ਆ ਉਹ ਹਿਪ ਜੁਆਇੰਟ ਦੇ ਵਿੱਚ ਹੀ ਹੈ ਸੋ ਡਾਕਟਰ ਚੀਨਾ ਕਿ ਇਸ ਏਵੀਅਨ ਦੇ ਆਖਿਰ ਮੁੱਖ ਕਾਰਨ ਕੀ ਨੇ ਔਰ ਕਿਆ ਇਹ ਜਿਹੜੇ ਨੌਜਵਾਨ ਕਰੋਨਾ ਤੋਂ ਜਿਹੜੇ ਪੋਜ਼ਿਟਿਵ ਰਹੇ ਸਨ ਔਰ ਰਿਕਵਰ ਕੀਤੇ ਨੇ ਇਹ ਨੌਜਵਾਨਾਂ ਨੂੰ ਵੀ ਇਫੈਕਟ ਕਰਦਾ ਅਜੇ ਇਸ ਵੇਲੇ ਕਹਿਣਾ ਮੁਸ਼ਕਿਲ ਹੈ ਕਿ ਕਰੋਨਾ ਦੇ ਕਰਕੇ ਹੀ ਏਵੀਅਨ ਹੋਇਆ ਹੋਏਗਾ ਜਾਂ ਸਟੀਰੋਇਡ ਇਨਟੇਕ ਕਰਕੇ ਪਰ ਜਿਸ ਤਰ੍ਹਾਂ ਮੈਂ ਦੱਸਿਆ ਕਿ ਹਰ ਸਟੀਰੋਇਡ ਇਨਟੇਕ ਦਾ ਪੇਸ਼ੈਂਟ ਜਿਹੜਾ ਹੈ ਉਹਨੂੰ ਇਸ ਬਾਰੇ ਸੁਚੇਤ ਰਹਿਣਾ ਪਏਗਾ ਕਿ ਇਹ ਏਵੀਅਨ ਜਿਹੜਾ ਹੈ ਯੰਗ ਬੰਦੇ ਨੂੰ ਹੋ ਸਕਦਾ ਜ਼ਿਆਦਾਤਰ ਪਰ ਕਰੋਨਾ ਵਿੱਚ ਤੁਸੀਂ ਦੇਖੋਗੇ ਕਿ ਈਵਨ ਬਜ਼ੁਰਗ ਜਿਹੜੇ ਸੀ ਉਹ ਬਹੁਤ ਸਫ਼ਰ ਕਰ ਗਏ ਔਰ ਬਜ਼ੁਰਗਾਂ ਦੀ ਗਿਣਤੀ ਜ਼ਿਆਦਾ ਸੀ ਯੰਗ ਲੋਕਾਂ ਦੀ ਥੋੜ੍ਹੀ ਘੱਟ ਸੀ ਇਸ ਕਰਕੇ ਕਹਿਣਾ ਮੁਸ਼ਕਿਲ ਹੈ ਕਿ ਸ਼ਾਇਦ ਕਰੋਨਾ ਕਰਕੇ ਹੀ ਏਵੀਅਨ ਵੱਧ ਗਿਆ ਹੋਏਗਾ ਔਰ ਇੱਕ ਗੱਲ ਹੋਰ ਹੈ ਸੀ ਕਿ ਜਿਸ ਤਰ੍ਹਾਂ ਕਰੋਨਾ ਦੇ ਕਰਕੇ ਸਿਰਫ ਐਮਰਜੈਂਸੀ ਸਰਵਿਸਿਜ਼ ਹੀ ਚੱਲ ਰਹੀਆਂ ਸੀ ਕਿੰਨੀ ਦੇਰ ਤਾਂ ਲੋਕ ਆ ਹੀ ਨਹੀਂ ਸਕੇ ਹੁਣ ਜੇ ਉਹ ਆ ਰਹੇ ਨੇ ਆਪਣੇ ਘਰਾਂ ਤੋਂ ਨਿਕਲ ਕੇ ਏਵੀਅਨ ਦੇ ਨਾਲ ਪ੍ਰਜੈਂਟ ਕਰ ਰਹੇ ਹੈ ਅਤੇ ਉਹ ਸਿਰਫ ਇਸ ਕਰਕੇ ਵੀ ਹੋ ਸਕਦਾ ਹੈ ਕਿ ਹੁਣ ਐਮਰਜੈਂਸੀ ਸਰਵਿਸਿਜ਼ ਤੋਂ ਇਲਾਵਾ ਬਾਕੀ ਸਰਵਿਸਿਜ਼ ਸ਼ੁਰੂ ਹੋ ਗਈਆਂ ਅਤੇ ਉਹ ਸਾਰਾ 1 ਸਾਲ ਦਾ ਜਿਹੜਾ ਬੈਕਅਪ ਸੀਗਾ ਉਹ ਹੁਣ ਸਾਡੇ ਕੋਲ ਪ੍ਰਜੈਂਟ ਹੋ ਰਿਹਾ ਸੋ ਡਾਕਟਰ ਪੰਧੇਰ ਤੁਹਾਡੇ ਤੋਂ ਜਾਣਨਾ ਚਾਹਾਂਗੇ ਹਿਪ ਜੁਆਇੰਟ ਡੀਜਨਰੇਸ਼ਨ ਦੇ ਆਖਿਰ ਸਿੰਪਟਮਸ ਕੀ ਨੇ ਔਰ ਕਦੋਂ ਪੇਸ਼ੈਂਟ ਨੂੰ ਡਾਕਟਰ ਦੇ ਕੋਲ ਕੰਸਲਟ ਤੇ ਕਰਨ ਦੇ ਲਈ ਜਾਣਾ ਚਾਹੀਦਾ ਜਿਹੜਾ ਏਵੀਅਨ ਹੈ ਉਹਦੇ ਵਿੱਚ ਵੀ ਹਿਪ ਪੇਨ ਹੋਏਗੀ ਪੇਨ ਜਨਰਲੀ ਜਦੋਂ ਸ਼ੁਰੂ ਹੋਏਗਾ ਉਦੋਂ ਮੂਵਮੈਂਟ 'ਤੇ ਹੋਏਗੀ ਕਈ ਵਾਰੀ ਆਫਟਰ ਰੈਸਟ ਜਿਹੜੇ ਸ਼ੁਰੂ 'ਚ ਥੋੜ੍ਹੇ ਸਟੈਪ ਲਓਗੇ ਉਦੋਂ ਹੋਏਗੀ ਬਟ ਜਨਰਲੀ ਪੇਸ਼ੈਂਟ ਕਹੇਗਾ ਕਿ ਡੀਪ ਗ੍ਰੋਇਨ ਪੇਨ ਆ ਉਹ ਇੱਦਾਂ ਹੱਥ ਲਾ ਕੇ ਦੱਸੇਗਾ ਵੀ ਇੱਥੇ ਮੇਰੇ ਦਰਦ ਹੁੰਦੀ ਹੈ
दर्द जनरली बहुत ज़्यादा नहीं होंगी शुरुआत के बट जो तो वो कॉन्सटेंटली रही है जे थोड़ू कि हिप जॉइंट के पेन 15 दिन महीने तो लगातार रह रही है तो तुम फील कर रहे हो कि पेन थोड़ी बहुत ही घटती बढ़ती है बट कॉन्सटेंटली रह रही है तो थोड़ू मैडिकल हैल्प लेनी चाहिए है। 2 दिन की दर्द 5 दिन की पेन के वास्ते जनरली मेरे ख्याल में मैडिकल हैल्प की लड़ नहीं होंगी, वो कोई निका मोटा स्प्रेन भी हो सकता है। सो इदा नहीं है कि भी पहले दिन पेन हुई तो आप घबरा जाइए कि एवेस्कुलर नेक्रोसिस ना हो गया हो चलो हॉस्पिटल चलीए। पेन के मल्टीपल कारण ने निका मोटा झटका लग्या होते करके भी हिप के 5-10 दिन पेन रह जाती है। सो अ पेन दैट इज़ बॉदरिंग फॉर मोर दैन अ मंथ वी शुड सीक हैल्प। रीज़न यही हैगा कि सानू एक बार एवेल्युएट जरूर करना पैंदा। सैकेंडली जिहड़ी डीजनरेटिव हिप की पेन है वो यही पेन थोड़ी जी वर्स होएगी, कॉन्सटेंट होएगी, आफ्टर रेस्ट काफ़ी वधेगी, वो फिर यही होएगा पेशेंट कहेगा जी मैं चलदा तो मैं पेन ज़्यादा वधदी है, करच करच फील होंदी है, क्रैपिटस कहने जिन्हों असी अपने मैडिकल लाइन के। सो क्रैपिटस होएगा तो रिस्ट्रिक्शन ऑफ मूवमेंट होएगी, जो हिप घसना शुरू हो जाता है फिर रिस्ट्रिक्शन ऑफ मूवमेंट हो जाती है भी चौंकड़ी मारन लग्या गोडा बाहर ट्विस्ट नहीं हो पा रहा, बैठन उठन लग्या जोर लाया दर्द होंगी है। सो इट इज़ ऑल पेन। जिमें जिमें एवेस्कुलर नेक्रोसिस तो असं ऑस्टियो आर्थराइटिस या डीजनरेटिव आर्थराइटिस वालों जाने वो सवेरिटी बढ़ती जाती है। सो डॉक्टर जी ना कई लोग अजे होंगे ने जो काफ़ी देर तक सिमटम्स को इगनोर करते रहते हैं, सो अजे विचकार की कुछ असर जो है फिर पेशेंट पर पैंता है? एवियन के सिमटम्स है कि चूल्हों से पेन शुरू हो जाता है, चूल्हे के अगले पास भारापन तो शुरू हो जाता है, हौली हौली भारापन जोड़ा दर्द में बदल जाता है, 1-2 महीनों दर्द फिर वही जाती है और हौली हौली पेशेंट को रिक्वायरमेंट पै जाती है दवाइया खाने की। शुरू च बंदा आप ही दवाई लैके खाते रहेंगे, लोग छोटी मोटी दवाई खा ली पेन आ गई चली गई, उस तो बाद जो डॉक्टर को जाते हैं वो एक्सरे दे विच कई बारी काले काले धब्बे नज़र आने शुरू हो जाते हैं, जदों काले धब्बे नज़र आने शुरू हो जाते फिर डॉक्टर भी नूं भी आइडिया हो जाता भी ये कुछ गड़बड़ है और इहदा MRI स्कैन कराया जाए। MRI स्कैन तो पता लगती है इहदी स्टेजिंग और स्टेज 1 विच हल्की जी स्वेलिंग ही नज़र आती है, स्टेज 2 विच उस तो ज़्यादा, स्टेज 3 विच वो गोला जिहड़ा है वो कोलैप्स करना शुरू कर जाता, हौली हौली वो बैठना शुरू कर जाता है, जदों बैठना शुरू कर जाता है उहदी स्टेज 3 ते 4 आ जाती है जदों बिल्कुल ही ख़त्म हो जाता है। सो अकॉर्डिंग टू स्टेजिंग उन्हां दी दर्द वधदी जाती है ते उहदा इलाज भी उस प्रकार नाल कीता जाता है। डॉक्टर साहब पिछले तकरीबन 1.5 सालों तो असी देखिया है कि लोगों का जोड़ा लाइफ स्टाइल है कोरोना के चलदा लॉकडाउन के चलद सीडेंटरी लाइफ स्टाइल हो गया, खान पीन जोड़ा है वह भी खराब हो गया, अजे विचकार क्या ये जी समस्या है सीडेंटरी लाइफ स्टाइल के करके ये समस्या खड़ी हो रही है? देखो ओबेसिटी या वेट गेन सारे वेट बेयरिंग जॉइंट्स की डिजनरेशन की वजह बन सकता है। सो ये असी मतलब भी एक स्टैंडर्ड गाइडलाइनस है या स्टैंडर्ड प्रैक्टिस हैगी है कि आप शुरू तो कहने भी जे किसी पेशेंट के जोड़ भी माड़े मोटे दुखते हो असं पहली सलाह ये दें भी जो ओवरवेट होवे तो भी भाई वेट को कंट्रोल करने बारे कुछ करो, तुसी वेट घटा दोगे जोड़ ते वेट घट पाएगा तो पेन वैसे ही घटेगी। सैकेंडली जे असी देखिए भी कोविड दे विच वेट गेन होया फिर उही गल है कि भी मेरा परसनल एक्सपीरियंस नहीं है इदा कि बहुत वेट गेन होया, क्योंकि यही टाइम सीगा जो लोगों ना बेसिकली लोग डिस्ट्रैस हो गए, लोग घर बैठे है, घर बैठे कोई योगा कर रहा है, कोई कुकिंग के उत्ते रिसर्च कर रहा है, कोई फूड हैबिट्स के उत्ते रिसर्च कर रहा है। सो ओवरऑल कोविड कोई यहोजा कारण नहीं बनिया जिदे करके असं कही कि एकदम साडे इलाके दे विच ओबेसिटी एज अ डिजीज़ बहुत वध गई या डीजनरेशन वध गई, बट डेफिनेटली जे थोड़ा वेट ज़्यादा होएगा तो एक सिंपल जी गल मतलब मैं सिंपल जहाँ कंपैरिजन दसदा कि आप 2 सरफेस नूं आपस रब कर रहे हैं, जे रगड़न वाला सरफेस का उपर लोड ज़्यादा बता देंगे तो जिहड़ियां विचकार चीज़ां पईयां ने उन्हां ते रगड़ ज़्यादा लगेगी। सो यही जिहा हिप जॉइंट दे विच अपने 2 हड्डियां आपस दे विच घस रहीयां ने, जे उहनूं ज़्यादा लोड पा के आपां आपस च रगड़ांगे तां उह ज़्यादा घसेगा जल्दी डीजनरेशन होएगी। सो वेट अदरवाइज सानूं कंट्रोल च रखना चाहिए तो जिन्ना जे तुसीं अपना वेट ही थोड़ा कंट्रोल करोगे थोड़े जॉइंट्स हैल्दी होणगे तो डीजनरेशन की प्रोसैस जे शुरू भी हो गई है तो स्लो वधेगी। तो डॉक्टर चीना की एवियन नो अवॉइड किया जा सकता है और जो ट्रीटमेंट की गल करिए तो की ट्रीटमेंट ऑप्शंस अवेलेबल ने? जदों स्टेज 1 विच एक पेशेंट आंदा है कुछ दवाइयां खान नाल अंदरों सोजिश कटाई जा सकती है, पेन कटाई जा सकती है और उन्हां दी स्मोकिंग हैबिट या उन्हां दी अल्कोहल दी हैबिट जिहड़ी है उन्हूं बंद किया जाए और स्टीरॉयड इनटेक बंद करन नाल कुछ सुधार हो सकता है।
ਜਦੋਂ ਸਟੇਜ 2 ਆ ਗਈ ਉਦੋਂ ਇਹਦੇ ਗੋਲਿਆਂ ਦੇ ਅੰਦਰੋਂ ਪ੍ਰੈਸ਼ਰ ਘਟਾਉਣਾ ਪੈਂਦਾ ਉਹ ਪ੍ਰੈਸ਼ਰ ਜਿਹੜਾ ਹੈ ਇੱਕ ਡਰਿਲ ਦੇ ਰਾਹੀਂ ਕੀਤਾ ਜਾਂਦਾ ਉਹਨੂੰ ਗੋਲਿਆਂ ਨੂੰ ਇੱਕ ਆਪਰੇਸ਼ਨ ਹੈ ਉਹਨੂੰ ਡਰਿਲ ਕਰੋਗੇ ਅੰਦਰੋਂ ਪ੍ਰੈਸ਼ਰ ਘਟੇਗਾ ਪ੍ਰੈਸ਼ਰ ਘਟੇਗਾ ਅਤੇ ਫਿਰ ਉਹਦਾ ਖੂਨ ਦਾ ਦੌਰਾ ਵਧੇਗਾ ਸੋ ਡਾਕਟਰ ਪੰਦੇਰ ਏਵੀਅਨ ਦੀ ਜਿਹੜੀ ਅਰਲੀ ਸਟੇਜ ਹੈ ਉਸ ਵਿੱਚ ਕੀ ਕੁਝ ਕਦਮ ਪੇਸ਼ੈਂਟ ਨੂੰ ਚੁੱਕਣੇ ਚਾਹੀਦੇ ਨੇ ਔਰ ਕਦੋਂ ਤੁਸੀਂ ਸਰਜਰੀ ਰੈਕਮੈਂਡ ਕਰਦੇ ਹੋ ਦੋ ਥੋੜ੍ਹੇ ਜਿਹੇ ਵਾਸਟ ਕੁਐਸਚਨ ਨੇ ਹੁਣ ਪਹਿਲੀ ਚੀਜ਼ ਆ ਗਈ ਏ ਵੈਸਕੂਲਰ ਨੈਕਰੋਸਿਸ ਦੀ ਅਰਲੀ ਸਟੇਜ 'ਚ ਅਸੀਂ ਕੀ ਕਰ ਸਕਦੇ ਹਾਂ ਏ ਵੈਸਕੂਲਰ ਨੈਕਰੋਸਿਸ ਨੂੰ 5 ਸਟੇਜਸ ਦੇ ਵਿੱਚ ਪਾਇਆ ਗਿਆ 0, 1, 2, 3, 4 ਜਿਹੜੀ ਸਟੇਜ 0 ਹੈ ਉਹਦੇ ਵਿੱਚ ਸਿਰਫ ਬੋਨ ਐਡੀਮਾ ਕਹਿੰਦੇ ਹਾਂ ਅਸੀਂ ਕਿ ਜੇ ਤੁਸੀਂ ਐੱਮ ਆਰ ਆਈ ਕਰੋਗੇ ਤਾਂ ਤੁਹਾਨੂੰ ਹੱਡੀ ਦੇ ਵਿੱਚ ਐਡੀਮਾ ਮਿਲੇਗਾ ਪਾਣੀ ਦੀ ਮਾਤਰਾ ਵਧੀ ਹੋਈ ਮਿਲੇਗੀ ਬਟ ਅਦਰਵਾਈਜ਼ ਜੁਆਇੰਟ ਦਾ ਸਰਫੇਸ ਨੋਰਮਲ ਹੋਏਗਾ ਸਟੇਜ 1 ਨੂੰ ਜਨਰਲੀ ਕੰਜ਼ਰਵੇਟਿਵਲੀ ਮੈਨੇਜ ਕੀਤਾ ਜਾਂਦਾ ਅਸੀਂ ਕਹਿੰਦੇ ਹਾਂ ਵੀ ਥੋੜ੍ਹੀ ਮੈਡੀਸਨ ਲਓ ਬੈਸਫੋਸਫੋਨੇਟਸ ਵਗੈਰਾ ਕੁਝ ਮੈਡੀਸਨਸ ਆਉਂਦੀਆਂ ਨੇ ਜਿਹੜੀਆਂ ਬੋਨ ਦੀ ਰੀਮੋਡਲਿੰਗ ਨੂੰ ਮੋਡੀਫਾਈ ਕਰਦੀਆਂ ਨੇ ਜਿਹਦੇ ਨਾਲ ਪੇਨ ਘੱਟ ਜਾਂਦੀ ਹੈ ਇਹ ਕੰਪੈਰੇਟਿਵਲੀ ਕਾਮਨ ਹੈ ਪ੍ਰੈਗਨੈਂਸੀ ਇੰਡਿਊਸਡ ਹਾਈਪਰੀਮੀਆ ਵੀ ਇਹਨੂੰ ਕਨਫਿਊਜ਼ ਕਰਦਾ ਬਟ ਅਰਲੀ ਸਟੇਜ ਦੇ ਵਿੱਚ ਪੇਸ਼ੈਂਟਸ ਨੂੰ ਜਨਰਲੀ ਉਹੀ ਹੈਗਾ ਕਿ ਪੇਨ ਹੋਏਗੀ ਐਕਸਰੇ ਬਿਲਕੁਲ ਨੋਰਮਲ ਆ ਰਿਹਾ ਜੇ ਪੇਸ਼ੈਂਟ ਮਹੀਨਾ 2 ਮਹੀਨੇ ਫਿਰ ਵੀ ਪੇਨ ਕਈ ਚੱਲੇ ਕਿ ਵੀ ਪੇਨ ਨਹੀਂ ਹਟਦੀ ਪਈ ਅਸੀਂ ਐੱਮ ਆਰ ਆਈ ਕਰਦੇ ਹਾਂ ਸਟੇਜ 1 ਨੂੰ ਪਿੱਕ ਕਰ ਲਿਆ ਜਾਵੇ ਅਸੀਂ ਉਹਨੂੰ ਕਹਿੰਦੇ ਹਾਂ ਵੀ ਐਨਲਜੈਸਿਕਸ ਲਾਈਫ ਸਟਾਈਲ ਮੋਡੀਫਿਕੇਸ਼ਨ 'ਚ ਇਹੀ ਕਿ ਭਾਰ ਘਟਾਓ ਰਨਿੰਗ ਜੋਗਿੰਗ ਬੰਦ ਕਰ ਦਿਓ ਨੋਨ ਕੰਟੈਕਟ ਐਕਸਰਸਾਈਜ਼ ਜਿਵੇਂ ਸਾਈਕਲਿੰਗ ਕਰੋ ਸਵਿਮਿੰਗ ਕਰੋ ਅਤੇ ਨਾਲ ਦੀ ਨਾਲ ਫੋਲੋ ਅਪ 'ਤੇ ਰਹੋ ਵੀ ਤੁਸੀਂ 6 ਮਹੀਨੇ ਬਾਅਦ ਸਾਲ ਬਾਅਦ ਐੱਮ ਆਰ ਆਈ ਰਿਪੀਟ ਕਰਦੇ ਰਹਿੰਦੇ ਹੋ ਦੇਖਣ ਲਈ ਕਿ ਉਹ ਐਡੀਮਾ ਸਬਸਾਈਡ ਕਰ ਗਿਆ ਕਿ ਉਹ ਅੱਗੇ ਸਟੇਜ 1 ਤੋਂ ਸਟੇਜ 2 ਵੱਲ ਜਾ ਰਿਹਾ ਜਿਹੜੀ ਸਟੇਜ 1 ਦੇ ਵਿੱਚ ਤੁਹਾਨੂੰ ਥੋੜ੍ਹਾ ਜਿਹਾ ਸਾਈਨਸ ਮਿਲਣਗੇ ਮਤਲਬ ਵੀ ਬਿਓਂਡ ਬੋਨ ਐਡੀਮਾ ਜਿਹਦੇ ਵਿੱਚ ਥੋੜ੍ਹੀ ਬਹੁਤੀ ਬੋਨ ਕੰਪਰੈਸ ਹੋ ਰਹੀ ਹੋਏਗੀ ਸਟੇਜ 2 ਦੇ ਵਿੱਚ ਉਹੀ ਜਿਹੜੀ ਬੋਨ ਹੈਗੀ ਹੈ ਥੋੜ੍ਹੀ ਹੋਰ ਫਿਸਣੀ ਸ਼ੁਰੂ ਹੋ ਜਾਏਗੀ ਬਟ ਅਸੀਂ ਕਹਿੰਦੇ ਹਾਂ ਵੀ ਹਜੇ ਕ੍ਰਿਸੈਂਟ ਸਾਈਨ ਨਹੀਂ ਆਏਗਾ ਕ੍ਰਿਸੈਂਟ ਸਾਈਨ ਬਹੁਤ ਡਿਟੇਲ ਐੱਮ ਆਰ ਆਈ ਜਾ ਰਹੇ ਹਾਂ ਬਟ ਸਟੇਜ 3 ਦੇ ਵਿੱਚ ਕ੍ਰਿਸੈਂਟ ਸਾਈਨ ਕਹਿੰਦੇ ਆ ਕਿ ਜਦੋਂ ਗੋਲਾ ਫਿਸ ਗਿਆ ਸੋ ਜਿਹੜੀ ਸਟੇਜ 1 ਅਤੇ ਸਟੇਜ 2 ਹੈ ਇਹਦੇ ਵਿੱਚ ਵੀ ਸਰਜਰੀਜ਼ ਹੁੰਦੀਆਂ ਨੇ ਬਟ ਰਿਪਲੇਸਮੈਂਟ ਨਹੀਂ ਹੁੰਦੀ ਇਹਦੇ 'ਚ ਅਸੀਂ ਕਹਿੰਦੇ ਹਾਂ ਵੀ ਕੋਰ ਡੀਕੰਪਰੈਸ਼ਨ ਜਾਂ ਕੋਰ ਡੀਕੰਪਰੈਸ਼ਨ ਦੇ ਨਾਲ ਬੋਨ ਗ੍ਰਾਫਟਿੰਗ ਕਰ ਦਈਦੀ ਹੈ ਉਹਦੇ ਠੀਕ ਠਾਕ ਰਿਜ਼ਲਟ ਨੇ ਉਹਦਾ ਮਤਲਬ ਬੁੱਕਸ ਦੇ ਵਿੱਚ ਡਾਕੂਮੈਂਟਡ ਹੈਗਾ ਵੀ ਜੇ ਤੁਸੀਂ 10 ਬੰਦਿਆਂ ਨੂੰ ਆਪਰੇਟ ਕਰ ਰਹੇ ਹੋ ਤਾਂ 7 ਤੋਂ 8 ਠੀਕ ਹੋ ਜਾਂਦੇ ਆ ਉਹਦੇ ਨਾਲ ਜਦੋਂ ਸਟੇਜ 3 ਜਾਂ 4 ਤੇ ਚੱਲਿਆ ਗਿਆ ਜਦੋਂ ਹੈੱਡ ਕੋਲੈਪਸ ਹੋ ਗਿਆ ਫਿਰ ਉਹਦਾ ਹੱਲ ਸਿਰਫ ਰਿਪਲੇਸਮੈਂਟ ਰਹਿ ਜਾਂਦਾ ਬਟ ਇਹਦੇ 'ਤੇ ਵੀ ਮੈਂ ਬਹੁਤ ਸਪੈਸੀਫਿਕਲੀ ਕਹਿੰਦਾ ਕਿ ਜੇ ਹੈੱਡ ਕੋਲੈਪਸ ਹੋ ਵੀ ਗਿਆ ਐਜ਼ ਲੌਂਗ ਐਜ਼ ਪੇਸ਼ੈਂਟ ਨੂੰ ਪੇਨ ਨਹੀਂ ਹੈ ਤੇ ਕੋਈ ਐਮਰਜੈਂਸੀ ਜਾਂ ਅਰਜੈਂਸੀ ਨਹੀਂ ਹੈ ਵੀ ਅੱਜ ਹੀ ਰਿਪਲੇਸ ਕਰਾਓ ਕੱਲ ਨੂੰ ਹੋਰ ਖਰਾਬ ਹੋ ਜਾਏਗਾ ਸੋ ਡਾਕਟਰ ਚੀਨਾ ਜੇ ਗੱਲ ਕਰੀਏ ਤੇ ਸਰਜਰੀ ਦਾ ਸਕਸੈਸ ਰੇਟ ਕੀ ਹੈ ਔਰ ਕੀ ਕੁਝ ਜਿਹੜੀਆਂ ਪ੍ਰੀਕਾਸ਼ਨਸ ਪੇਸ਼ੈਂਟ ਨੂੰ ਚੁੱਕਣ ਦੀ ਲੋੜ ਹੈ ਆਫਟਰ ਦ ਸਰਜਰੀ ਚੂਲਾ ਬਦਲਣ ਦੀ ਸਰਜਰੀ ਜਿਹੜੀ ਹੈ ਉਹ ਬਹੁਤ ਹੀ ਸਕਸੈਸਫੁਲ ਸਰਜਰੀ ਹੈ ਕਹਿੰਦੇ ਨੇ ਕਿ ਆਰਥੋਪੈਡਿਕਸ ਦੇ ਵਿੱਚ ਜੇ ਕੋਈ ਸਭ ਤੋਂ ਸਕਸੈਸਫੁਲ ਸਰਜਰੀ ਹੈ ਉਹ ਚੂਲਾ ਬਦਲਣਾ ਹੀ ਹੈ 99% ਦੇ ਕੋਲ ਇਹਦਾ ਸਕਸੈਸ ਰੇਟ ਹੈ ਔਰ ਜਿਹੜਾ 1% ਹੈ ਉਹ ਵੀ ਕੋਈ ਇੰਨਾ ਸੀਰੀਅਸ ਨਹੀਂ ਹੈ ਮੈਟਰ ਪੋਸਟ ਆਪਰੇਟਿਵ ਪਹਿਲਾਂ ਤਕਰੀਬਨ 3 ਮਹੀਨੇ ਪੇਸ਼ੈਂਟਸ ਨੂੰ ਆਪਣੀ ਪੋਜੀਸ਼ਨ ਦਾ ਖਿਆਲ ਰੱਖਣਾ ਪੈਂਦਾ ਜਦੋਂ ਕਿਸੇ ਚੂਲੇ ਦਾ ਆਪਰੇਟ ਹੋ ਗਿਆ ਇਹ ਇੱਕ ਬਾਲ ਐਂਡ ਸਾਕਟ ਜੁਆਇੰਟ ਹੁੰਦਾ ਹੈ ਜੇ ਇਹ ਬਾਲ ਅਲੱਗ ਅਲੱਗ ਸਾਈਜ਼ਾਂ ਦੇ ਮਿਲਦੇ ਹੈ ਔਰ ਜੇ ਛੋਟੇ ਹੋਣ ਤਾਂ ਇਹਨਾਂ ਦਾ ਥੋੜ੍ਹਾ ਪਰਹੇਜ਼ ਕਰਨਾ ਪੈਂਦਾ ਜੇ ਵੱਡੇ ਬਾਲ ਹੋਣਗੇ ਜਿਸ ਤਰ੍ਹਾਂ ਇਹਨਾਂ ਦੇ 28 mm ਤੋਂ ਸ਼ੁਰੂ ਹੋ ਜਾਂਦੇ ਹੈ 28 mm 32 mm 36 mm ਸੋ ਜਿੰਨਾ ਕੁ ਪੇਸ਼ੈਂਟ ਦਾ ਸਾਈਜ਼ ਹੋਏਗਾ ਉਹਦੇ ਹਿਸਾਬ ਨਾਲ ਉਹ ਬਾਲ ਪਾਉਣਾ ਪੈਂਦਾ ਜਿਹੜਾ ਛੋਟਾ ਬਾਲ ਹੈ ਉਹਦਾ ਡਰ ਰਹਿੰਦਾ ਡਿਸਲੋਕੇਟ ਕਰ ਡਿਸਲੋਕੇਸ਼ਨ ਇੱਕ ਕਾਮਨ ਪ੍ਰੋਬਲਮ ਹੈ ਹਿਪ ਰਿਪਲੇਸਮੈਂਟ ਤੋਂ ਬਾਅਦ ਜਿਹੜੀ ਜ਼ਿਆਦਾ ਬਜ਼ੁਰਗਾਂ ਵਿੱਚ ਹੈ ਅਤੇ ਯੰਗਸਟਰਸ ਵਿੱਚ ਘੱਟ ਹੈ ਸੋ ਜੇ ਅਸੀਂ ਏਵੀਅਨ ਦੀ ਗੱਲ ਕਰੀਏ ਏਵੀਅਨ ਮੋਸਟਲੀ ਯੰਗਸਟਰਸ ਨੂੰ ਹੋਣਾ ਸੋ ਇਹਦੇ ਵਿੱਚ ਕੋਈ ਇੰਨੀ ਪ੍ਰੋਬਲਮ ਨਹੀਂ ਆਉਂਦੀ ਬਸ 1-2 ਪੋਜੀਸ਼ਨਸ ਅਵੋਇਡ ਕਰਨੀਆਂ ਹੁੰਦੀਆਂ ਉਹ ਪੇਸ਼ੈਂਟ ਨੂੰ ਦੱਸ ਦੇਈਦੀਆਂ ਉਸ ਤੋਂ ਇਲਾਵਾ ਕੋਈ ਖਾਸ ਕੰਪਲੀਕੇਸ਼ਨ ਨਹੀਂ ਹੈ ਔਰ ਉਸ ਤੋਂ ਬਾਅਦ ਜਿਸ ਤਰ੍ਹਾਂ ਹੁਣ 3 ਮਹੀਨੇ ਦਾ ਇਹ ਪਰਹੇਜ਼ ਖਤਮ ਹੋ ਗਿਆ ਉਸ ਤੋਂ ਬਾਅਦ ਜੇ ਕਿਸੇ ਨੂੰ ਕਹੀਦਾ ਕਿ ਪ੍ਰੀਕੋਸ਼ਨ ਲੈਣਾ ਉਹ ਪ੍ਰੀਕੋਸ਼ਨ ਇਹੀ ਹੈ ਕਿ ਬਹੁਤ ਜ਼ਿਆਦਾ ਰਨਿੰਗ ਜੋਗਿੰਗ ਨਹੀਂ ਕਰਨੀ ਤੁਸੀਂ ਆਰਾਮ ਨਾਲ ਆਪਣੀ ਸੈਰ ਕਰੋ ਔਰ ਕਿਸੇ ਵੀ ਜਿਸ ਤਰ੍ਹਾਂ ਆਰਟੀਫਿਸ਼ਲ ਕੰਪੋਨੈਂਟ ਹੈ ਕੋਈ ਬਾਡੀ ਦਾ ਉਹਦਾ ਉਹਦੀ ਕੋਈ ਲਾਈਫ ਹੁੰਦੀ ਹੈ ਉਹਦਾ ਓਵਰ ਯੂਜ਼ ਕਰੋਗੇ ਅਤੇ ਉਹ ਜਲਦੀ ਉਹਦੀ ਲਾਈਫ ਖਤਮ ਹੋ ਜਾਂਦੀ ਹੈ ਸੋ ਡਾਕਟਰ ਪੰਦੇਰ ਕਿੰਨਾ ਕੁ ਟਾਈਮ ਪੇਸ਼ੈਂਟ ਨੂੰ ਲੱਗਦਾ ਹੈ ਪੂਰੀ ਤਰ੍ਹਾਂ ਦੇ ਨਾਲ ਰਿਕਵਰ ਹੋ ਕੇ ਨੋਰਮਲ ਲਾਈਫ ਸਟਾਈਲ ਵਿੱਚ ਜਾਣ ਦੇ ਲਈ ਨੋਰਮਲੀ ਮਤਲਬ ਤੁਸੀਂ ਚਾਹੋ ਤਾਂ ਜੇ ਸਵੇਰੇ ਸਰਜਰੀ ਹੋਈ ਹੈ ਪੇਸ਼ੈਂਟ ਨੂੰ ਬਾਅਦ ਦੁਪਹਿਰ ਵੀ ਤੁਸੀਂ ਖੜਾ ਕਰਕੇ ਚਲਾ ਸਕਦੇ ਹੋ ਸ਼ਾਮ ਤੱਕ ਵੀ ਚਲਾ ਸਕਦੇ ਹੋ ਬਟ ਜਨਰਲੀ ਰਿਕਮੈਂਡੇਸ਼ਨਸ ਇਹ ਹੁੰਦੀਆਂ ਨੇ ਕਿ ਪੇਸ਼ੈਂਟ ਨੂੰ ਅਸੀਂ
ਜਦੋਂ ਸਰਜਰੀ ਹੋਈ ਹੈ ਉਸ ਦਿਨ ਅਸੀਂ ਕਹਿੰਦੇ ਹਾਂ ਵੀ ਤੁਸੀਂ ਬੈਠੋ, ਲੱਤਾਂ ਵਗੈਰਾ ਹਿਲਾਓ, ਥੋੜ੍ਹਾ ਬਹੁਤ ਖੜ੍ਹੇ ਹੋ ਲਓ, ਨੈਕਸਟ ਡੇ ਉੱਠ ਕੇ ਚੱਲਣਾ ਸ਼ੁਰੂ ਕਰੋ, ਥਰਡ ਡੇ ਤੱਕ ਘਰ ਭੇਜ ਦਿੱਤਾ ਜਾਂਦਾ ਹੈ। ਪਰਪਸ ਕੀ ਹੈਗਾ ਕਿ ਇਹ ਜਿਹੜਾ ਇੰਪਲਾਂਟ ਫਿੱਟ ਹੋ ਗਿਆ, ਇਹ ਤਾਂ ਜਦੋਂ ਤੁਸੀਂ ਓਪਰੇਸ਼ਨ ਕਰਕੇ ਪੇਸ਼ੈਂਟ ਨੂੰ ਬਾਹਰ ਸ਼ਿਫਟ ਕੀਤਾ ਉਦੋਂ ਵੀ ਉਨਾ ਹੀ ਫਿੱਟ ਹੈਗਾ ਜਿੰਨਾ ਅੱਜ ਤੋਂ 2 ਦਿਨ ਬਾਅਦ ਜਾਂ ਮਹੀਨੇ ਬਾਅਦ ਫਿੱਟ ਹੋਏਗਾ। ਸੋ ਜੇ ਤੁਸੀਂ ਪੇਸ਼ੈਂਟ ਨੂੰ 1 ਦਿਨ ਬਾਅਦ ਜਾਂ 2 ਦਿਨ ਬਾਅਦ ਚਲਾ ਸਕਦੇ ਹੋ ਤਾਂ ਤੁਸੀਂ ਓਪਰੇਸ਼ਨ ਤੋਂ 1/2 ਘੰਟੇ ਬਾਅਦ ਵੀ ਚਲਾ ਸਕਦੇ ਹੋ। ਪਰ ਐਕਚੁਅਲੀ ਕੀ ਹੈਗਾ ਕਿ ਕਿਤੇ ਕਿਤੇ ਨਾ ਮਤਲਬ ਮੈਡੀਕਲ ਫੀਲਡ ਦੇ ਵਿੱਚ ਇੱਕ ਰੇਸ ਲੱਗੀ ਹੈ ਵੀ ਜੀ ਅਸੀਂ ਜਲਦੀ ਚਲਾ ਦਾਂਗੇ, ਅਸੀਂ ਅਗਲੇ ਦਿਨ ਹੀ ਚਲਾ ਦਾਂਗੇ, ਅਸੀਂ ਉਦਣ ਹੀ ਚਲਾ ਦਾਂਗੇ। ਇਸ ਰੇਸ 'ਚ ਨਹੀਂ ਪੈਣਾ ਚਾਹੀਦਾ। ਤੁਸੀਂ ਆਫਟਰਆਲ ਸਰਜਰੀ ਹੋਈ ਹੈ, ਪੇਸ਼ੈਂਟ ਨੂੰ ਪਹਿਲਾਂ ਰੈਸਟ ਕਰਨ ਦਿਓ, ਉਹਨੂੰ ਰਿਕਵਰ ਕਰਨ ਦਿਓ, ਉਹਦਾ ਐਨਸਥੀਸੀਆ ਦਾ ਇਫੈਕਟ ਉਤਰਨ ਦਿਓ, ਉਹਨੂੰ ਪ੍ਰੋਪਰਲੀ ਕੌਨਸ਼ੀਅਸ ਹੋਣ ਦਿਓ ਵੀ ਹਾਂ ਮੈਨੂੰ ਸਮਝ ਹੈ ਮੈਂ ਕੀ ਕਰ ਰਿਹਾ, ਮੇਰੇ ਲੱਤ ਮੇਰੇ ਕੰਟਰੋਲ 'ਚ ਹੈਗੀ ਹੈ, ਉਹ ਤੋਂ ਬਾਅਦ ਖੜ੍ਹੇ ਕਰਕੇ ਚਲਾਉਣਾ ਸ਼ੁਰੂ ਕਰੋ। ਬਟ ਫਿਰ ਵੀ ਕੋਈ ਬਹੁਤ ਲੰਬਾ ਚੌੜਾ ਕੰਮ ਨਹੀਂ ਰਹਿ ਗਿਆ। ਹਿਪ ਸਰਜਰੀ ਜਿੱਦਣ ਸਰਜਰੀ ਹੁੰਦੀ ਹੈ ਉਹ ਤੋਂ ਦੂਜੇ ਦਿਨ ਤੁਸੀਂ ਪੇਸ਼ੈਂਟ ਨੂੰ ਘਰੇ ਭੇਜ ਸਕਦੇ ਹੋ। ਸੋ ਡਾਕਟਰ ਪੰਡੇ ਅਤੇ ਡਾਕਟਰ ਛੀਨਾ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਇਸ ਸਾਰੀ ਜਾਣਕਾਰੀ ਦੇ ਲਈ। ਸੋ ਅੱਜ ਦੇ ਇਸ ਐਪੀਸੋਡ ਵਿੱਚ ਬਸ ਇੰਨਾ ਹੀ, ਅਗਲੇ ਐਪੀਸੋਡ ਦੇ ਵਿੱਚ ਫਿਰ ਮਿਲਾਂਗੇ। ਤਦ ਤੱਕ ਦੇ ਲਈ ਧੰਨਵਾਦ।